स्काई न्यूज पंजाब देख रहे हो तुसी, मैं हां थोड़े नाल निधि वर्मा। इस वेले जिहड़ी बेहद अहम खबर सामने आ रही है, जिथे वेख्या जा रहा है जगदीश टाइटलर नू लेके लगातार बीते दिनी भी काफी वड्डे फैसले लिते गए सी, ते देखा जा रहा है कि हाई कोर्ट इसते काफी वड्डे फैसले ले भी सकती है, क्योंकि 1984 दे विच जो सिख दंगे होए सी इसनू लेके कोर्ट दे वल्लो वड्डा फैसला लिता जाना सी, क्योंकि इसनू लेके जगदीश टाइटलर दे वल्लो अगाऊ जमानत पाई जांदी है, ते उस अगाऊ जमानत नू लेके यानी कि अज 4 तरीक नू यानी अज जिहड़ा है फैसला लिता जाना सीगा, ते फैसला आ चुका है। फैसला आया है कि अगाऊ जमानत नू मंजूरी मिल चुकी है, अगाऊ जमानत नू मंजूर कर लिता गया। एक बहुत ही वड्डा फैसला है जो लिता गया है, क्योंकि वेख्या जा रहा है कि जिहड़े सिख विरोधी दंगिया दे विच जिन्हां दे परिवार उजड़े सी उन्हां दे वल्लों भी इसका विरोध किया जा रहा है, ते नाल ही नाल CBI दे वल्लों भी इसका विरोध किया जा रहा है कि अगाऊ जमानत ਨੂੰ ਮਨਜ਼ੂਰ ਨਾ ਕੀਤਾ ਜਾਵੇ, ਖਾਰਜ ਕੀਤਾ ਜਾਵੇ। ਪਰ ਹਾਈ ਕੋਰਟ ਦੇ ਵੱਲੋਂ ਇੱਕ ਬੇਹੱਦ ਵੱਡਾ ਫੈਸਲਾ ਲੈ ਲਿੱਤਾ ਗਿਆ, ਬਹੁਤ ਹੀ ਵੱਡਾ ਫੈਸਲਾ ਲਿੱਤਾ ਗਿਆ ਇਸ ਨੂੰ ਲੈ ਕੇ। ਤੇ ਸਾਡੇ ਨਾਲ ਇਸ ਦੇ ਨਾਲ ਜੁੜੀ ਸਾਰੀ ਗੱਲਬਾਤ ਕਰਨਗੇ ਸਾਡੇ ਸਹਿਯੋਗੀ ਵਿਵੇਕ ਜੀ। ਵਿਵੇਕ ਜੀ ਸਾਡੇ ਨਾਲ ਜੁੜ ਚੁੱਕੇ ਨੇ ਫੋਨ ਲਾਈਨ ਤੇ, ਉਹ ਸਾਡੇ ਨਾਲ ਸਾਰੀ ਗੱਲ ਸਾਂਝਾ ਕਰਨਗੇ। ਜੀ ਵਿਵੇਕ ਜੀ, ਕੀ ਕਹਿਣਾ ਚਾਹੋਗੇ ਜਗਦੀਸ਼ ਟਾਈਟਲਰ ਨੂੰ ਲੈ ਕੇ ਜੋ ਅੱਜ ਇੱਕ ਬਹੁਤ ਵੱਡਾ ਫੈਸਲਾ ਲਿੱਤਾ ਗਿਆ? ਜੀ ਨਿਧੀ, ਜਗਦੀਸ਼ ਟਾਈਟਲਰ ਨੂੰ ਜਿਹੜਾ ਬਲਵੰਤ ਸਕੌਰ ਦੁਆਰਾ ਹਿੰਸਾ ਮਾਮਲਾ ਸੀ ਉਸਦੇ ਵਿੱਚ ਅੱਜ ਅਗਾਊ ਜ਼ਮਾਨਤ ਮਿਲ ਗਈ ਹੈ। ਤੁਹਾਨੂੰ ਦੱਸਦਾ ਕਿ ਪਿਛਲੇ ਮਹੀਨੇ ਜਿਹੜਾ ਆ CBI ਦੇ ਵੱਲੋਂ ਚਾਰਜਸ਼ੀਟ ਦਾਖਲ ਕੀਤੀ ਗਈ ਸੀ, ਜਿਸ ਦੇ ਵਿੱਚ ਜਗਦੀਸ਼ ਟਾਈਟਲਰ ਨੂੰ ਜਿਹੜਾ ਆ ਬਲਵੰਤ ਸਕੌਰ ਦੁਆਰਾ ਹਿੰਸਾ ਮਾਮਲੇ ਦੇ ਵਿੱਚ ਮੁੱਖ ਦੋਸ਼ੀ ਕਰਾਰ ਵੀ ਦੇ ਦਿੱਤਾ ਸੀ ਕੋਰਟ ਨੇ, ਪਰ ਅੱਜ ਕੋਰਟ ਨੇ ਉਹਨਾਂ ਦੀ ਚਾਰਜਸ਼ੀਟ ਦੇ ਉੱਤੇ ਜਿਹੜਾ ਅਗਾਊ ਜ਼ਮਾਨਤ ਹੈ ਉਸਨੂੰ ਅਰਜ਼ੀ ਦੇ ਦਿੱਤੀ ਹੈ। ਸਭ ਤੋਂ ਪਹਿਲਾਂ ਜੇਕਰ ਮਾਮਲਾ ਸਮਝਾਈਏ ਤਾਂ ਨਿਧੀ, 1984 ਨਸ਼ਲ ਕੁਸ਼ੀ ਦੇ ਸਮੇਂ ਜਿਹੜੇ ਇਲਜ਼ਾਮ ਨੇ ਉਹ ਆ ਕੇ ਜਗਦੀਸ਼ ਟਾਈਟਲਰ ਦੇ ਉੱਤੇ ਲੱਗਦੇ ਨੇ ਕਿ ਜਗਦੀਸ਼ ਟਾਈਟਲਰ ਦੀ ਸ਼ਹਿਰ ਦੇ ਉੱਤੇ ਜਿਹੜਾ 1984 ਸਿੱਖ ਕਤਲੇਆਮ ਜਿਹੜਾ ਹੋਇਆ ਸੀ ਉਹ ਹੋਇਆ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ। ਸੋ ਬਲਵੰਤ ਗੁਰਦੁਆਰਾ ਸਾਹਿਬ ਦਾ ਇਹ ਜਿਹੜਾ ਮਾਮਲਾ ਹੈ ਜਿਸ ਦੇ ਵਿੱਚ ਇਹ ਇਲਜ਼ਾਮ ਲੱਗੇ ਨੇ ਜਗਦੀਸ਼ ਟਾਈਟਲਰ ਦੇ ਉੱਤੇ ਕਿ ਉਸਦੇ ਵੱਲੋਂ ਭੀੜ ਨੂੰ ਭੜਕਾ ਕੇ ਹਿੰਸਾ ਕਰਵਾਈ ਗਈ ਸੀ, ਗੁਰਦੁਆਰਾ ਸਾਹਿਬ ਨੂੰ ਅੱਗ ਲਗਵਾਈ ਗਈ ਸੀ, ਜਿਸ ਦੇ ਵਿੱਚ 4 ਸਿੱਖ ਜਿਹੜੇ ਨੇ ਉਹ ਜਲ ਗਏ ਸੀਗੇ। ਸੋ ਉਸ ਤੋਂ ਬਾਅਦ ਲਗਾਤਾਰ ਇਹ ਮਾਮਲੇ ਜਿਹੜੇ ਨੇ ਕੋਰਟ ਦੇ ਵਿੱਚ ਚੱਲਦੇ ਆ ਰਹੇ ਨੇ। ਇਸ ਤੋਂ ਬਾਅਦ ਜੇਕਰ ਆਪਾਂ ਪਿਛੋਕੜ ਤੇ ਜਾਈਏ ਨਿਧੀ, ਤਾਂ ਰਾਊਂਸ ਐਵਨਿਊ ਕੋਰਟ ਦੇ ਵਿੱਚ ਜਿਹੜੀ ਹੈ ਟਾਈਟਲਰ ਦੀ ਅਰਜ਼ੀ ਲਗਾਈ ਗਈ ਸੀ CBI ਦੇ ਵੱਲੋਂ, ਤੇ ਨੋਟਿਸ ਜਿਹੜਾ ਆ CBI ਦੇ ਵੱਲੋਂ ਦੇ ਦਿੱਤਾ ਗਿਆ ਸੀਗਾ। ਸੋ ਰਾਊਂਸ ਐਵਨਿਊ ਕੋਰਟ ਦੇ ਵੱਲੋਂ ਜਿਹੜਾ ਇਸ ਦੇ ਉੱਤੇ ਮੁੱਖ ਦੋਸ਼ੀ ਕਰਾਰ ਜਿਹੜਾ ਆ ਉਹ ਜਗਦੀਸ਼ ਟਾਈਟਲਰ ਨੂੰ ਦੇ ਦਿੱਤਾ ਗਿਆ ਸੀ, ਜਿਸ ਦਾ ਅਸਰ ਨਿਧੀ ਪਿਛਲੇ ਵਾਰ ਵੀ ਦੇਖਣ ਨੂੰ ਮਿਲਿਆ ਸੀ ਜਦੋਂ 2009 ਦੇ ਵਿੱਚ ਜਗਦੀਸ਼ ਟਾਈਟਲਰ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਸੀ, ਪਰ ਉਸ ਟਾਈਮ ਤੇ ਜਿਹੜਾ ਇਹਨਾਂ ਦੇ ਕੋਲੋਂ ਉਸ ਸੀਟ ਦੀ ਟਿਕਟ ਜਿਹੜੀ ਆ ਉਹ ਵਾਪਸ ਵੀ ਲੈ ਲਈ ਗਈ ਸੀ, ਕਿਉਂਕਿ ਕਾਰਨ ਨਿਧੀ ਅਸੀਂ ਕਹੀ ਗੱਲਾਂ ਦੱਸਣ ਜਾ ਰਹੀਆਂ ਸੀ। ਬੇਸ਼ੱਕ ਉਸ ਟਾਈਮ ਤੇ ਇਹੀ CBI ਦੇ ਵੱਲੋਂ ਜਗਦੀਸ਼ ਟਾਈਟਲਰ ਨੂੰ ਜਿਹੜਾ ਕਲੀਨ ਚਿੱਟ ਦਿੱਤੀ ਗਈ ਸੀ, ਪਰ ਅੱਜ ਇਸੀ CBI ਦੇ ਵੱਲੋਂ ਹੀ ਜਿਹੜਾ ਇੱਕ ਚਾਰਜਸ਼ੀਟ ਦਾਖਲ ਕੀਤੀ ਗਈ ਸੀ, ਜਿਸ ਦੇ ਵਿੱਚ ਮੁੱਖ ਦੋਸ਼ੀ ਦੱਸਿਆ ਗਿਆ ਸੀ ਜਗਦੀਸ਼ ਟਾਈਟਲਰ ਨੂੰ। ਸੋ ਹੁਣ ਉਸ ਸਭ ਦੇ ਉੱਤੇ ਰੈਵਨਿਊ ਐਵਨਿਊ ਕੋਰਟ ਜਿਹੜੀ ਹੈ ਉਸਦੇ ਵੱਲੋਂ ਅੱਜ ਜਗਦੀਸ਼ ਟਾਈਟਲਰ ਨੂੰ ਰਾਹਤ ਦੇ ਦਿੱਤੀ ਗਈ ਹੈ, ਜ਼ਮਾਨਤ ਅਰਜ਼ੀ ਜਿਹੜੀ ਹੈ ਅਗਾਊ ਜ਼ਮਾਨਤ ਅਰਜ਼ੀ ਉਸਨੂੰ ਮਨਜ਼ੂਰ ਕਰ ਲਿਆ ਗਿਆ। ਮਤਲਬ ਇਸ ਨੂੰ ਇਹ ਦੇਖੀਏ ਕਿ ਵੱਡੇ ਪੋਲੀਟੀਸ਼ੀਅਨਸ, ਵੱਡੇ ਪੋਲੀਟੀਕਲ ਲੀਡਰਸ ਇਸ ਤੇ ਸ਼ਹਿ ਦਿੱਤੀ ਜਾਵੇ, ਕਿਉਂਕਿ ਜਿਨ੍ਹਾਂ ਦੇ ਘਰ ਉਜੜੇ ਸੀ ਉਹਨਾਂ ਦੇ ਵੱਲੋਂ ਤਾਂ ਹਜੇ ਵਿਰੋਧ ਕੀਤਾ ਜਾ ਰਿਹਾ, CBI ਦੇ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਸੀ, ਪਰ ਫਿਰ ਵੀ ਇੱਕ ਕਲੀਨ ਚਿੱਟ ਦੇ ਦੇਣਾ, ਹੈਨਾ, ਕਿ ਅਗਾਊ ਜ਼ਮਾਨਤ ਨੂੰ ਖਾਰਜ ਕਰ ਦੇਣਾ ਇੱਕ। ਨਿਧੀ ਪਹਿਲੀ ਗੱਲ ਇਹ ਹਜੇ ਕਲੀਨ ਚਿੱਟ ਦਿੱਤੀ ਨਹੀਂ ਗਈ, ਹਜੇ ਸਿਰਫ ਇੱਕ ਅਗਾਊ ਜ਼ਮਾਨਤ ਜਿਹੜੀ ਆ ਉਹ ਦਿੱਤੀ ਗਈ ਆ ਕੋਰਟ ਦੇ ਵੱਲੋਂ। ਕੇਸ ਤਾਂ ਪੈਰਲਰ ਚੱਲੀ ਰਿਹਾ ਆ ਜਿਸ ਦੇ ਵਿੱਚ ਜਗਦੀਸ਼ ਟਾਈਟਲਰ ਨੂੰ ਮੇਨ ਦੋਸ਼ੀ ਕਰਾਰ ਦਿੱਤਾ ਗਿਆ ਆ ਬਲਵੰਤ ਗੁਰਦੁਆਰਾ ਸਾਹਿਬ ਦੇ ਵਿੱਚ ਹਿੰਸਾ ਦਾ ਮਾਮਲਾ ਆ। ਸੋ ਲਗਾਤਾਰ ਇਹ ਇਲਜ਼ਾਮ ਜਿਹੜਾ ਨੇ ਉਹ ਜਿਹੜੇ ਉਸ ਸਮੇਂ ਦੇ ਸਿੱਖ ਕਤਲੇਆਮ ਦੇ ਜਿਹੜੇ ਪੀੜਿਤ ਪਰਿਵਾਰ ਨੇ ਉਹਨਾਂ ਦੇ ਵੱਲੋਂ ਵੀ ਲਗਾਇਆ ਜਾ ਰਿਹਾ ਆ, ਤੇ ਜਿਹੜੇ ਹੋਰ ਕਈ ਸਿੱਖ ਆਗੂ ਨੇ ਉਹਨਾਂ ਦੇ ਵੱਲੋਂ ਵੀ ਲਗਾਤਾਰ ਇਹ ਮਾਮਲੇ ਨੂੰ ਲੈ ਕੇ ਜਿਹੜਾ ਆ ਕੋਰਟ ਦੇ ਵਿੱਚ ਰੁੱਖ ਕੀਤਾ ਜਾ ਰਿਹਾ ਆ। ਸੋ ਇਹੀ ਸਭ ਪ੍ਰੈਸ਼ਰ ਦੇ ਕਾਰਨ ਜਿਹੜਾ ਸੀ CBI ਨੂੰ ਇੱਕ ਚਾਰਜਸ਼ੀਟ ਵੀ ਦਾਖਲ ਕਰਨੀ ਪਈ ਸੀ ਕਿ ਉਸ ਟਾਈਮ ਤੇ ਜਿਹੜੀ ਹਿੰਸਾ ਆ ਉਸਨੂੰ ਇੱਕ ਸ਼ਰਾਰਤੀ ਤਬਕਾ ਜਿਹੜਾ ਸੀ ਉਸਨੂੰ ਜਗਦੀਸ਼ ਟਾਈਟਲਰ ਦੇ ਵੱਲੋਂ ਭੜਕਾਇਆ ਗਿਆ ਸੀ ਤਾਂ ਕਿ ਹਿੰਸਾ ਭੜਕੇ, ਤੇ ਹਿੰਸਾ ਦਾ ਜੋ ਨਤੀਜਾ ਨਿਕਲਿਆ ਕਿ ਗੁਰਦੁਆਰਾ ਸਾਹਿਬ ਨੂੰ ਅੱਗ ਲਗਾ ਦਿੱਤੀ ਗਈ ਜਿਸ ਦੇ ਵਿੱਚ 4 ਸਿੱਖ ਜਿਹੜੇ ਸੀ ਉਹ ਉਸ ਸਮੇਂ ਜਲ ਗਏ ਸੀ। ਸੋ ਉਸ ਤੋਂ ਬਾਅਦ ਜਦੋਂ ਮੁੱਖ ਦੋਸ਼ੀ ਕਰਾਰ ਮਿਲਿਆ ਗਿਆ ਤਾਂ ਅੱਜ ਜਿਹੜਾ ਆ ਰਾਊਂਸ ਐਵਨਿਊ ਕੋਰਟ ਨੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਕੇਸ ਖਤਮ ਹੋ ਗਿਆ ਨਿਧੀ, ਹਜੇ ਕਲੀਨ ਚਿੱਟ ਮਿਲਣਾ ਜਿਹੜਾ ਉਹ ਬਾਕੀ ਹੈ।
ਪਰ ਇਸ ਦੇ ਵਿੱਚ ਜੇਕਰ ਆਪਾਂ ਪਿਛੋਕੜ ਦੀ ਗੱਲ ਕਰੀਏ ਤਾਂ 2009 ਦੇ ਵਿੱਚ ਜਦੋਂ ਵਿਧਾਨ ਸਭਾ ਚੋਣਾਂ ਲੜਨ ਲੱਗੇ ਸੀ ਤਾਂ ਕਾਂਗਰਸ ਨੇ ਇਸੇ ਗੱਲ ਕਰਕੇ ਜਿਹੜਾ ਆ ਤੇ ਤੁਹਾਡਾ ਨਾਮ ਆ ਰਿਹਾ ਕੇਸ ਦੇ ਵਿੱਚ ਤਾਂ ਉਹਨਾਂ ਦੇ ਕੋਲੋਂ ਟਿਕਟ ਜਿਹੜੀ ਆ ਉਹ ਵਾਪਸ ਵੀ ਲੈ ਲਈ ਸੀ। ਬਿਲਕੁਲ ਜੀ, ਧੰਨਵਾਦ ਵਿਵੇਕ ਸਾਡੇ ਨਾਲ ਜਾਣਕਾਰੀ ਸਾਂਝਾ ਕਰਨ ਦੇ ਲਈ। ਸੋ ਜੋ ਦੇਖਿਆ ਜਾ ਰਿਹਾ ਹੈ ਕਿ ਲਗਾਤਾਰ ਜਿੱਥੇ ਜਗਦੀਸ਼ ਟਾਈਟਨਰ ਨੂੰ ਲੈ ਕੇ ਕਾਫੀ ਜਿਹੜੇ ਹੈ ਸਵਾਲ ਚੱਕੇ ਜਾ ਰਹੇ ਸੀ, ਉੱਥੇ ਹੀ ਅਗਾਊ ਜ਼ਮਾਨਤ ਪਾਈ ਗਈ ਸੀ ਜਗਦੀਸ਼ ਟਾਈਟਨਰ ਦੇ ਵੱਲੋਂ, ਤੇ ਕੋਰਟ ਦੇ ਵੱਲੋਂ ਉਸਨੂੰ ਲੈ ਕੇ ਅੱਜ ਫੈਸਲਾ ਵੀ ਲਿੱਤਾ ਗਿਆ ਤੇ ਅਗਾਊ ਜ਼ਮਾਨਤ ਨੂੰ ਮਨਜ਼ੂਰੀ ਵੀ ਦਿੱਤੀ ਗਈ। ਤੇ ਉਸ ਤੋਂ ਬਾਅਦ ਕਿਉਂਕਿ ਲਗਾਤਾਰ ਪਿਛਲੇ ਦਿਨੀ ਦੇਖਿਆ ਜਾ ਰਿਹਾ ਸੀ ਕਾਫੀ ਇਸ ਨੂੰ ਲੈ ਕੇ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ, ਤੇ ਅੱਜ ਕਈ ਚੀਜ਼ਾਂ ਨੂੰ ਲੈ ਕੇ ਕੋਰਟ ਦੇ ਵੱਲੋਂ ਫੈਸਲੇ ਵੀ ਲਿੱਤੇ ਗਏ। ਤੇ ਸਾਡੇ ਨਾਲ ਫੋਨ ਲਾਈਨ ਤੇ ਵਿਵੇਕ ਜੁੜੇ ਹੋਏ ਸੀ, ਸਾਡੇ ਸਹਿਯੋਗੀ, ਜਿਸਨੇ ਮੌਜੂਦਾ ਸਾਰੇ ਹਾਲਾਤ ਜਿਹੜੇ ਨੇ ਉਹ ਸਾਰੇ ਸਾਂਝਾ ਕੀਤੇ ਨੇ, ਕੀ ਕੀ ਚੀਜ਼ਾਂ ਹੋਈਆਂ ਨੇ, ਤੇ ਇਸ ਨੂੰ ਲੈ ਕੇ ਅੱਗੇ ਹੁਣ ਕੋਰਟ ਦੇ ਵੱਲੋਂ ਕੀ ਫੈਸਲੇ ਲਿੱਤੇ ਜਾਣਗੇ, ਲਗਾਤਾਰ ਇਹ ਜਿਹੜੀ ਹੈ ਦੇਖਣ ਵਾਲੀ ਗੱਲ ਹੋਵੇਗੀ। ਤੇ ਇਸ ਨਾਲ ਜੁੜੀ ਸਾਰੀ ਅਪਡੇਟ ਤੁਹਾਡੇ ਨਾਲ ਸਾਂਝਾ ਕਰਾਂਗੇ, ਜਦ ਤੱਕ ਲਈ ਜੁੜੇ ਰਹੋ ਸਕਾਈ ਨਿਊਜ਼ ਪੰਜਾਬ ਦੇ ਨਾਲ।